ਪੈਸੇ ਲੈਣਾ ਸੀ ਬੈਂਕ ਚੋਂ ਜੀ। ਕੀ ਕਹਿੰਦੇ? ਬੈਂਕ ਬੰਦ ਪਿਆ ਜੀ, ਏਡੇ ਬੰਦ ਪਏ ਨੇ ਜੀ। ਸਾਨੂੰ ਫੋਨ ਆਇਆ ਬੈਂਕ ਚੋਂ ਵੀ 11 ਵਜੇ ਬੈਂਕ ਖੁੱਲੂਗਾ ਜੀ, ਕਹਿੰਦੇ ਕੋਈ ਪੈਸਾ ਨਹੀਂ। 3 ਤਰੀਕ ਨੂੰ ਆਇਆ ਜੀ, ਕਹਿੰਦੇ ਕੀ ਤੁਹਾਨੂੰ ਲੋੜ ਆਈ ਹੈ ਪੈਸੇ ਦੀ? ਅਸੀਂ ਜ਼ਿੰਮੇਦਾਰਾਂ ਨੂੰ ਪੈਸੇ ਦੇਣ ਜੀ, ਕੀ ਵਾਪਸ ਆ ਰਹੇ? ਪੈਸੇ ਮਿਲਣੇ ਚਾਹੀਦੇ, ਲੋੜ ਪੈਸੇ ਦੀ ਲੋੜ ਹੈ ਜੀ ਇਸ ਟਾਈਮ। 10 ਦਿਨ ਹੋਰ ਘਰੇ ਬੈਠੇ ਨੇ ਜੀ। ਪੈਸੇ ਲੈਣਾ ਹੈ? ਲੋੜ ਆ ਗਈ ਪੈਸੇ ਦੀ ਬਹੁਤ ਜ਼ਿਆਦਾ। ਕੀ ਪ੍ਰਬੰਧ ਹੋਣਾ ਚਾਹੀਦਾ ਸਰਕਾਰ ਵੱਲੋਂ? ਇਹਨੂੰ ਚਾਹੀਦੇ ਏਟੀਐਮ ਚ ਪੈਸੇ ਪਾਉਣੇ ਚਾਹੀਦੇ ਆ ਜੀ। ਏਟੀਐਮ ਖਾਲੀ ਪਏ ਨੇ, ਕੋਈ ਪੈਸੇ ਨੀ ਮਿਲਦੇ ਏਟੀਐਮ ਚ?